اعوذ باللہ الشیطان الرجیم، بسم اللہ الرحمن الرحیم۔ میرا نام عبدل کریم ہے اور عرصہ 5 سال تو میلسی چ ایز اے اسسٹنٹ ڈائریکٹر واٹر مینجمنٹ میلسی فرائز سر انجام دے رہا ہے۔ اس وقت اسی میلسی کے مشہور موضوع فتح موجود ہیں اور سارے مایا ناز محنتی اور ترقی پسند ذمہ دار مغول حقیقی کے بارے میں موجود ہیں۔ یہ عرصہ دراز تو سبزیات کا کام کر رہے ہیں اور اسی یہاں کے دو بھائیوں دیا ਦੋ ਟ੍ਰਿਪ ਸਾਈਟਾਂ ਲਗਵਾਈਆਂ ਨੇ 4-5 ਸਾਲ ਤੋਂ। ਇਹਨਾਂ ਨੇ ਸਬਸਿਡੀ ਦੇ ਤਹਿਤ ਡ੍ਰਿਪ ਤੋਂ ਇਲਾਵਾ ਸੋਲਰ ਔਰ ਟਨਲ ਲਈ ਹੈ ਔਰ ਮਜ਼ੀਦ ਡ੍ਰਿਪ ਦੇ ਬਾਰੇ 'ਚ ਜਾਂ ਟਨਲ ਦੇ ਬਾਰੇ 'ਚ ਇਹਨਾਂ ਦੇ ਜੋ ਅਸਰਾਤ ਨੇ ਅਸੀਂ ਉਹਨਾਂ ਦੀ ਜ਼ਬਾਨੀ ਸੁਣਦੇ ਹਾਂ ਜੀ। ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤਹ। ਮੇਰਾ ਨਾਂ ਮਕਬੂਲ ਖਾਨ ਹੈ ਜੀ। ਮੈਂ ਖੇਤੀ ਫੈਮਿਲੀ ਨਾਲ ਤਾਲੁਕ ਰੱਖੇ ਨਾ। ਮੈਂ ਕੋਈ ਅਰਸਾ 12 ਸਾਲ ਤੋਂ ਸਬਜ਼ੀਆਂ ਕਾਸ਼ਤ ਰਹਿੰਦਾ ਕਿ ਆਮ ਰੂਟੀਨ ਵਿੱਚ ਫਲੱਡ ਇਰੀਗੇਸ਼ਨ ਦੇ ਥਰੂ ਜੀ। ਕੋਈ ਕਰੀਮ ਸਾਹਿਬ ਹੋਰਾਂ ਨਾਲ ਤਾਲੁਕ ਵਾਸਤਾ ਵੀ ਪੁਰਾਣਾ ਹਾਈ, ਉਸ ਨੂੰ ਇਸਤੇਮਾਲ ਕਰਦੇ ਹੋਏ ਕੋਈ ਟਨਲ ਵੀ, ਸੋਲਰ ਵੀ ਅਤੇ ਡ੍ਰਿਪ ਵੀ ਗੌਰਮੈਂਟ ਦੀ ਸਬਜ਼ੀ ਦੇ ਥਰੂ ਆਇਆ ਹੈ। ਅਸਾਂ ਉਸ ਤੋਂ ਮੁਸਤਫੀਦ ਹੋਏ ਹਾਂ। ਦੋ ਸਾਈਡਾਂ ਅਸਾਂ, ਪਹਿਲੇ ਸਾਲ ਅਸਾਂ 6 ਏਕੜ ਦੀ ਸਾਈਡ ਲਵਾਈ ਹੈ। ਦੂਜੇ ਸਾਲ 2018 'ਚ ਅਸਾਂ 10 ਏਕੜ ਦੀ ਸਾਈਡ ਲਵਾਈ। ਉਹ ਹੁਣ ਅਸਾਂ ਇਸਤੇਮਾਲ ਕਰਦੇ ਪਏ ਮਾਸ਼ਾਅੱਲਾ ਕਿ ਇਹ ਸਾਡਾ ਸਿਸਟਮ ਹੈ ਕਿ 10 ਏਕੜ ਵਾਲਾ ਹੈ ਔਰ ਇਹਨੂੰ ਪਹਿਲੇ ਵਾਲਾ ਹੈ 6 ਏਕੜ ਦੇ ਵਿੱਚ ਔਰ ਨਾਲ ਹੀ ਸਾਡੇ ਸੋਲਰ ਵੀ ਹੈ। ਜਿਹੜਾ ਸਭ ਤੋਂ ਜ਼ਿਆਦਾ ਫਾਇਦਾ ਸਾਨੂੰ ਹੈ ਉਹ ਸੋਲਰ ਦਾ ਮਿਲਦਾ ਪਿਆ ਔਰ ਉਹਦੀ ਜਿਹੜੀ ਸਬਸਿਡੀ ਆਈ ਉਹ ਵੀ ਬੜੀ ਮਾਕੂਲ ਆਈ ਜੀ। ਸਿਰਫ 20% ਅਸਾਂ ਸੋਲਰ 'ਤੇ ਪੇ ਕੀਤਾ ਆਈ, 50% 40% ਅਸਾਂ ਡ੍ਰਿਪ ਇਰੀਗੇਸ਼ਨ 'ਤੇ ਦਿੱਤਾ ਆਈ, ਬਾਕੀ 60% ਗੌਰਮੈਂਟ ਨੇ ਦਿੱਤਾ ਜੀ। ਔਰ ਚੈਨਲ 'ਤੇ ਸਾਨੂੰ 50% ਸਾਨੂੰ ਗੌਰਮੈਂਟ ਨੇ ਦਿੱਤਾ ਹੈ, 50% ਅਸਾਂ ਇਨਵੈਸਟ ਕੀਤਾ ਹੈ। ਉਸ ਦਾ ਜੀ ਸਾਨੂੰ ਬੜਾ ਫਾਇਦਾ ਹੋਇਆ। ਇੱਕ ਸਭ ਤੋਂ ਦਾ ਮੇਨ ਜਿਹੜਾ ਫਾਇਦਾ ਹੋਇਆ ਜੀ ਉਹ ਸਾਡੀਆਂ ਖਾਦਾਂ ਦੀ ਬੱਚਤ ਹੋਈ ਹੈ। ਖਾਦਾਂ ਦੇ ਨਾਲ ਨਾਲ ਜਿਹੜੀ ਮੇਨ ਬੱਚਤ ਹੋਈ ਉਹ ਪਾਣੀ ਦੀ ਵੀ, ਜਿਹੜੇ ਸਾਡੇ ਖਰਚੇ ਹਨ ਉਹ ਵੀ ਬਿਲਕੁਲ ਨਾ ਹੋਣ ਦੇ ਬਰਾਬਰ ਹੋ ਗਏ, ਕਿਉਂਕਿ ਅਸਾਂ ਨਾ ਜੀ ਇਹ ਸੋਲਰ ਦੇ ਥਰੂ ਇਹਨਾਂ ਨੂੰ ਅੱਗਾ ਫਲੱਡ ਕਰ ਰਹੇ ਨੇ। ਉਹ ਈਜ਼ੀਲੀ ਸਾਡੇ ਨਾ 15-16 ਏਕੜ ਜਿਹੜੇ ਹਨ ਉਹ 2-3 ਘੰਟੇ ਉਹ ਟੋਟਲ ਅਸਾਂ ਉਹਨੂੰ ਨਾ ਭਰ ਲੈਂਦੇ ਹਾਂ ਪਾਣੀ ਦਾ। ਉਹਦੇ ਨਾਲ ਨਾਲ ਖਾਦ ਦੀ ਆਮ ਰੂਟੀਨ ਹੈ, ਡੇਲੀ ਸਿਰਫ 2-3 ਕਿਲੋ ਪਾਉਂਦੀ ਹੈ ਜੀ। ਖਾਦ ਦੀ ਵੀ ਬੜੀ ਬੱਚਤ ਹੈ ਅਤੇ ਸਾਰੇ ਜ਼ਿਮੀਦਾਰ ਵੀਰਾਂ ਨੂੰ ਚਾਹੀਦਾ ਕਿ ਇਸ ਤੋਂ ਫਾਇਦਾ ਚਾਹੁੰਦੇ, ਅਸਾਂ ਵੀ ਇਸ ਤੋਂ ਮੁਸਤਫੀਦ ਹੁੰਦੇ ਪਏ ਹਾਂ। ਅਤੇ ਦੂਜੇ ਸਾਡੇ ਵੀਰਾਂ ਨੂੰ ਵੀ ਚਾਹੀਦਾ ਕਿ ਅਗਰ ਗੌਰਮੈਂਟ ਹੁਣ ਕੁਝ ਪਾਲਿਸੀਆਂ ਚੇਂਜ ਕੀਤੀਆਂ, ਅਗਰ ਉਹ ਦੁਬਾਰਾ ਸਹੀ ਕੀਤੀਆਂ ਵਜਨ ਤਾਂ ਸਾਨੂੰ ਇਸ ਤੋਂ ਫਾਇਦਾ ਚਾਹਣਾ ਚਾਹੀਦਾ। ਲੇਕਿਨ ਇਸ ਦੇ ਨਾਲ ਨਾਲ ਮੈਂ ਕੁਝ ਉਹਦੇ ਡਿਸਐਡਵਾਂਟੇਜ ਵੀ ਹਨ ਉਹ ਵੀ ਤੁਹਾਨੂੰ ਦੱਸਿਆ ਸਾਂ, ਕਿਉਂਕਿ ਸਾਨੂੰ ਜਿਹੜੀ ਗੌਰਮੈਂਟ ਨੇ ਡ੍ਰਿਪ ਸਿਸਟਮ ਦਿੱਤਾ ਨਾ ਜੀ, ਉਹਦੇ 'ਚ ਉਹਨਾਂ ਜਿਹੜੀ ਲਿਟਰਲ ਦਿੱਤੀ ਹੈ ਨਾ ਉਹ ਕਾਫੀ ਕਾਸਟਲੀ ਹੈ। ਉਸ ਦੀ ਬਜਾਏ ਇੱਕ ਟੇਪ ਆ ਗਈ ਜੀ, ਉਹ 10-15 ਹਜ਼ਾਰ ਰੁਪਏ ਦੀ ਹੈ। ਡ੍ਰਿਪ ਟੇਪ 15-1 ਹਜ਼ਾਰ ਰੁਪਏ ਦੀ ਹੈ, ਜਿਹੜੀ ਕਿ ਉਹ ਇੱਕ ਫਸਲ ਤੋਂ ਬਾਅਦ ਜ਼ਾਇਆ ਕਰ ਦਿੰਦਾ ਬੰਦਾ। ਅਤੇ ਜਿਹੜੀ ਉਹਨਾਂ ਸਾਨੂੰ ਲਿਟਰਲ ਦਿੱਤੀ ਹੈ ਉਹ ਤਕਰੀਬਨ 90 ਹਜ਼ਾਰ ਦੀ ਏਕੜ ਦੀ ਹੈ। ਉਹਨੂੰ ਦੁਬਾਰਾ ਕੋਚ 'ਤੇ ਰੱਖਣਾ, ਉਹਨੂੰ ਸਾਫ਼ ਕਰਨਾ, ਉਹਦੇ ਵਾਸਤੇ ਸਾਡੇ ਬੜੇ ਮਸਾਇਲ ਨੇ। ਉਹ ਸਾਡੇ ਪੈਸੇ ਤਾਂ ਜ਼ਿਆ ਹੋਇਆ ਫਾਇਦੇ ਦੀ ਬਜਾਏ। ਅਸਾਂ ਚਾਹੁੰਦੇ ਹਾਂ ਕਿ ਹੁਣ ਅਗਰ ਅੱਗੇ ਦੇਵਣਾ ਚਾਹੁੰਦੇ ਨੇ ਤਾਂ ਇਹ ਡ੍ਰਿਪ ਟੇਪ ਦੇਵੇਨ, ਡ੍ਰਿਪ ਲਿਟਰਲ ਨਾ ਦੇਵੇ। ਹਾਂਜੀ, ਬਾਗਾਤ ਅਸਾਂ ਲਾਇਆ ਨਹੀਂ ਹੈ ਜੀ। ਸਾਨੂੰ ਸਬਜ਼ੀਆਂ ਜਿਵੇਂ ਅਸਾਂ ਕਾਸ਼ਤ ਕਰਨੇ ਹਾਂ ਉਹਦੇ ਵਾਸਤੇ ਸਾਨੂੰ ਨਾ ਉਹ ਡ੍ਰਿਪ ਟੇਪ ਦੇਣੀ ਚਾਹੀਦੀ ਹੈ। ਸਹੀ ਸਹੀ।
ਆਕਸੀਜਨ ਮਤਲਬ ਆਕਸੀਜਨ ਤੋਂ ਬਾਅਦ ਉਹਨੂੰ ਸੰਭਾਲਣਾ, ਹਾਂਜੀ ਸੰਭਾਲ ਤੇ ਰੱਖਣਾ, ਉਹਦੀ ਸਫਾਈ ਕਰਕੇ ਰੱਖਣੀ, ਦੁਬਾਰਾ ਜੇ ਚਲਾਉਂਦੇ ਤੇ ਉਹਦੀਆਂ ਜਿਹੜੀਆਂ ਉਹ ਨੋਜ਼ਲ ਟਿਪ ਆਉਂਦੀਆਂ ਨੇ ਉਹ ਚੋਕ ਹੋਈਆਂ ਪਈਆਂ ਆਉਂਦੀਆਂ ਜੀ, ਕੈਪ ਉਹਦੇ ਕੋਲ ਪਾਣੀ ਵਹਿੰਦਾ ਨਹੀਂ ਵਹਿੰਦਾ, ਇਸ ਵਜ੍ਹਾ ਤੋਂ ਸਾਨੂੰ ਬਦਲਾਵਣੀਆਂ ਪਾਉਂਦੀਆਂ, ਉਹ ਸਾਨੂੰ ਕਾਫੀ ਕਾਸਟਲੀ ਪੈ ਜਾਂਦੀਆਂ, ਦੁਬਾਰਾ ਨਵੀਆਂ ਲੱਭਣੀਆਂ ਮਹਿੰਗੀਆਂ ਪੈ ਜਾਂਦੀਆਂ। ਸਾਡਾ ਮਕਸਦ ਹੈ ਕਿ ਉਹਦੀ ਸਫਾਈ ਤੇ ਸੰਭਾਲ ਤੇ ਖਰਚਾ ਵੀ ਜ਼ਿਆਦਾ ਹੈ, ਵਕਤੀ ਤੌਰ ਤੇ ਲਗਾਉਣਾ। ਹਾਂਜੀ, ਉਹ 15,000 ਨਾਲ ਅਸੀਂ 5-7 ਸਾਲ ਚਲਾ ਸਕਦੇ ਹਾਂ ਜੀ, ਉਹ 90,000 ਨੂੰ। ਇਸ ਵਜ੍ਹਾ ਤੋਂ ਬਿਹਤਰ ਇਹ ਕਿ ਉਹ ਸਾਨੂੰ ਥੋੜ੍ਹਾ ਜਿਹਾ ਇਹ ਸਭ ਜਾਇਜ਼ ਕੀਤਾ ਵਾ ਜੀ। ਬਾਕੀ ਜਿਹੜਾ ਇਹ ਇਹਦੇ 'ਚ ਅਗਰ ਕੋਈ ਫਾਲਟ ਫੁਲਟ ਆ ਜਾਂਦੇ ਤਾਂ ਉਹ ਵੀ ਸਾਨੂੰ ਕਰੀਮ ਸਾਹਿਬ ਖੜੇ ਮਿਹਰਬਾਨੀ ਕਰੇ ਨੇ, ਅਸਾਂ ਇਹਨਾਂ ਨੂੰ ਸਿਰਫ ਕਾਲ ਕਰੇ ਨੇ, ਉਹ ਜਾਂ ਫਿਰ ਬਰਾਦਰ ਵਾਲਾ ਮੇਰੇ ਸਿਸਟਮ ਡੂਹੇ ਲੱਗੇ ਹੋਏ, ਉਹ ਉਹਨਾਂ ਨੂੰ ਭੇਜ ਰਹੇ ਨੇ, ਆ ਕੇ ਸੈੱਟ ਕਰ ਦਿੰਦੇ ਨੇ। ਹਾਲੀ 2-3 ਸਾਲ ਹੋ ਗਏ, 2 ਸਾਲਾਂ ਦੇ ਦੌਰਾਨ ਮੈਨੂੰ ਕਹੇ ਕਿਸਮ ਦਾ ਕੋਈ ਮਸਲਾ ਕੋਈ ਨਹੀਂ ਆਇਆ। ਅਗਰ ਕੋਈ ਛੋਟਾ ਮੋਟਾ ਪ੍ਰੋਬਲਮ ਆ ਜਾਂਦਾ ਨਹੀਂ ਸਮਝ ਆਉਂਦਾ ਤਾਂ ਬਸ ਉਹਨਾਂ ਨੂੰ ਆਦੇ ਆ ਕੇ ਸੈੱਟ ਕਰ ਦਿੰਦੇ, ਉਹ ਵੀ ਕੋਈ ਮਸਲਾ ਨਹੀਂ। ਸ਼ੁਕਰੀਆ। ਨਹੀਂ ਨਹੀਂ ਚਾਹ ਕਰੋ ਕਰੀ।